ਸ਼ੀ ਵਾਜ਼ ਵੈਰੀ ਖੁਸ਼ ਵੀ ਸੀ ਔਰ ਉਹਨੇ ਬੜੀ ਮਿਹਨਤ ਕੀਤੀ ਇਸ ਜੋਬ 'ਚ। ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਸ਼ੀ ਗੁੱਡ ਉਹਦੀ ਰੈਪੂਟੇਸ਼ਨ ਬੜੀ ਅੱਛੀ ਸੀ ਸਭ ਦੇ ਨਾਲ ਦੀ, ਹੈ ਨਾ। ਜਨਤਾ ਤਾਂ ਸਾਡੀ ਹੈ ਨਾ, ਜਿਹੜੇ ਡਰੱਗਸ ਲੈ ਰਹੇ ਉਹ ਵੀ ਸਾਡੇ ਹੀ ਬੱਚੇ ਹੈ ਨਾ, ਅਸੀਂ ਨਹੀਂ ਰੋਕਾਂਗੇ ਤਾਂ ਕੌਣ ਰੋਕੇਗਾ ਫਿਰ? ਉਹਨੂੰ ਗਿਆ ਕਿਉਂਕਿ ਨੇਹਾ ਸ਼ੋਰੀ ਸਾਨੂੰ ਤਾਂ ਇਨਵੈਸਟੀਗੇਸ਼ਨ ਦਾ ਪੁਲਿਸ ਦਾ ਦਾਇਰੇ 'ਚ ਆਉਂਦਾ, ਸਾਡੇ ਦਾਇਰੇ 'ਚ ਨਹੀਂ ਆਉਂਦਾ। ਸਰਕਾਰ ਦੀ ਮੈਂ ਨਿਕੰਮੀ ਗੱਲ ਕਹਿੰਦਾ ਕਿ ਸਰਕਾਰ ਚੁੱਪ ਕਰਕੇ ਬੈਠੀ ਹੈ ਔਰ ਇਹ ਗੱਲ ਕਹਿ ਕੇ ਕਿ ਕਲੋਜ਼ਰ ਰਿਪੋਰਟ ਦੀ ਜਿਹੜੀ ਹੈਗੀ ਹੈ ਬਣਾਈ ਬੈਠੀ ਹੈ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇਜਪ੍ਰੀਤ ਟਾਕ ਤੇ। ਆਪਾਂ ਪਿਛਲੀ ਰਿਪੋਰਟ ਪਾਈ ਸੀ ਜੋ ਨੇਹਾ ਸ਼ੋਰੀ ਦੇ ਕਤਲ ਨੂੰ ਲੈ ਕੇ, ਉਸੇ ਹੀ ਰਿਪੋਰਟ ਦੇ ਨਾਲ ਅਟੈਚ ਇੱਕ ਰਿਪੋਰਟ ਹੋਰ ਕਰਨੀ ਆ ਜਿਸ ਬਲਵਿੰਦਰ ਸਿੰਘ ਵੱਲੋਂ ਨੇਹਾ ਸ਼ੋਰੀ ਦਾ ਕਤਲ ਕੀਤਾ ਜਾਂਦਾ ਗਾ। ਮੀਡੀਆ ਦੇ ਵਿੱਚ ਇਹ ਖਬਰਾਂ ਆਈਆਂ ਸੀਗੀਆਂ ਵੀ ਉਸ ਬਲਵਿੰਦਰ ਸਿੰਘ ਨੇ ਨੇਹਾ ਸ਼ੋਰੀ ਦੇ ਗੋਲੀਆਂ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਕਰ ਲਿਆ। ਮੁੱਦਾ ਇੱਕ ਤਰ੍ਹਾਂ ਖਤਮ ਕੀਤਾ ਗਿਆ, ਕੇਸ ਨੂੰ ਕਿਵੇਂ ਘੁਮਾਇਆ ਗਿਆ, ਕਿਵੇਂ ਖੁਰਦ ਬੁਰਦ ਕੀਤਾ ਗਿਆ ਵੀ ਬਲਵਿੰਦਰ ਮੈਂਟਲ ਸੀ, ਬਲਵਿੰਦਰ ਡਿਪਰੈਸ਼ਨ ਦਾ ਸ਼ਿਕਾਰ ਸੀ ਜਿਵੇਂ ਮੈਂ ਪਹਿਲੇ ਭਾਗ ਦੇ ਵਿੱਚ ਵੀ ਦੱਸਿਆ। ਤੇ ਦੂਸਰੀ ਗੱਲ ਇਸ ਕੇਸ ਦੇ ਵਿੱਚ ਇਹ ਵੀ ਸਾਹਮਣੇ ਨਿਕਲ ਕੇ ਆਈ ਹੈ ਵੀ ਜਦੋਂ ਨੇਹਾ ਸ਼ੋਰੀ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੇਗੀਆਂ, ਜਿਹੜਾ ਨੇਹਾ ਸ਼ੋਰੀ ਦਾ ਸਟਾਫ ਸੀ ਉਹ ਸਟਾਫ ਜੋ ਨੇਹਾ ਸ਼ੋਰੀ ਦੇ ਨਾਲ ਰੇਡਾਂ ਕਰਨ ਜਾਂਦਾ ਸੀ ਜਾਂ ਨੇਹਾ ਸ਼ੋਰੀ ਦੇ ਅੰਡਰ 'ਚ ਕੰਮ ਕਰਦਾ ਸੀਗਾ, ਉਹ ਸਟਾਫ ਵੱਲੋਂ ਨੇਹਾ ਸ਼ੋਰੀ ਦੇ ਕਤਲ ਤੋਂ ਬਾਅਦ ਇਨਸਾਫ ਦੀ ਮੰਗ ਲਈ ਧਰਨਾ ਪ੍ਰਦਰਸ਼ਨ ਤਾਂ ਕੀ ਕਰਨਾ ਸੀ? ਨੇਹਾ ਸ਼ੋਰੀ ਦੇ ਪਰਿਵਾਰ ਨਾਲੋਂ ਸਾਰੇ ਨਾਤੇ ਖਤਮ ਕਰ ਲਏ ਜਾਂਦੇ ਆ, ਉਹਨਾਂ ਨਾਲ ਕੋਈ ਰਾਬਤਾ ਨਹੀਂ ਕਰਿਆ ਜਾਂਦਾ ਗਾ, ਸਾਰੇ ਉਹਨਾਂ ਤੋਂ ਪਾਸਾ ਵੱਟ ਲੈਂਦੇ ਆ। ਇਸ ਘਟਨਾਕ੍ਰਮ ਦੇ ਜਾਂ ਤਾਂ ਦੋ ਵੱਡੇ ਕਾਰਨ ਸਾਹਮਣੇ ਨਿਕਲ ਕੇ ਆਉਂਦੇ ਆ ਵੀ ਜਾਂ ਤਾਂ ਸਟਾਫ ਸਹਿਮ ਗਿਆ ਜਾਂ ਫਿਰ ਸਟਾਫ ਨੂੰ ਪੰਜਾਬ ਦੇ ਡਰੱਗ ਮਾਫੀਆ ਨੇ ਇਹ ਗੱਲ ਸਮਝਾ ਦਿੱਤੀ ਵੀ ਜੋ ਹਾਲ ਨੇਹਾ ਸ਼ੋਰੀ ਦਾ ਕੀਤਾ ਉਹੀ ਹਾਲ ਤੁਹਾਡਾ ਹੋਊਗਾ, ਜਾਂ ਇਸ ਕਰਕੇ ਸਟਾਫ ਨੇ ਨੇਹਾ ਸ਼ੋਰੀ ਦੇ ਇਨਸਾਫ ਲਈ ਆਪਦੇ ਪੈਰ ਪਿੱਛੇ ਖਿੱਚ ਲਏ। ਹੁਣ ਤੁਸੀਂ ਇਹ ਦੇਖੋ ਵੀ ਇਸ ਕੇਸ ਨੂੰ ਕਿਵੇਂ ਘੁਮਾਇਆ ਗਿਆ। ਨੇਹਾ ਸ਼ੋਰੀ ਦੇ ਪਰਿਵਾਰ ਦਾ, ਉਸਦੇ ਮਾਤਾ ਪਿਤਾ ਦਾ ਇਹ ਕਹਿਣਾ ਵੀ ਅਸੀਂ ਪੁਲਿਸ ਨੂੰ ਡਾਟਾ ਦਿੰਦੇ ਸੀਗੇ ਜੋ ਜੋ ਸਾਡੇ ਕੋਲ ਸਬੂਤ ਸੀ, ਜੋ ਜੋ ਸਾਡੇ ਸਬੂਤ ਹੱਥ ਲੱਗੇ ਸੀ, ਪਰ ਪੁਲਿਸ ਡਾਟਾ ਮਿਟਾਉਣ ਦੇ ਵਿੱਚ ਲੱਗੀ ਸੀ ਕਿਉਂਕਿ ਇਹ ਕੇਸ ਇੱਕ ਤਰ੍ਹਾਂ ਦਾ ਜਦੋਂ ਇਹ ਨੇਹਾ ਸ਼ੋਰੀ ਦੀ ਕਹਾਣੀ ਪੜ੍ਹਦੇ ਆ ਪੋਲੀਟੀਕਲ ਮਰਡਰ ਜਾਪਦਾ ਗਾ। ਮੈਂ ਇਕੱਲਾ ਨਹੀਂ ਕਹਿੰਦਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨੇਹਾ ਸ਼ੋਰੀ ਦੇ ਕਤਲ ਤੋਂ ਬਾਅਦ ਬਲਵਿੰਦਰ ਸਿੰਘ ਤੇ ਜਿਹੜੀ FIR ਹੁੰਦੀ ਆ ਉਹਦਾ ਮਦਈ ਬਣਾਇਆ ਜਾਂਦਾ ਗਾ ਇੱਕ ਕੰਪਿਊਟਰ ਆਪਰੇਟਰ ਜੋ ਨੇਹਾ ਸ਼ੋਰੀ ਦੇ ਦਫ਼ਤਰ ਦੇ ਵਿੱਚ ਕੰਮ ਕਰਦਾ ਹੁੰਦਾ। ਹੁਣ ਨੇਹਾ ਸ਼ੋਰੀ ਦੇ ਮਾਂ ਪਿਓ ਦਾ ਇਹ ਵੀ ਕਹਿਣਾ ਗਾ ਵੀ ਉਹ ਜੋ ਕੰਪਿਊਟਰ ਆਪਰੇਟਰ ਸੀ ਉਸ ਟਾਈਮ ਉੱਥੇ ਹੈ ਹੀ ਨਹੀਂ ਸੀਗਾ, ਵੀ ਉਹ ਕਿਵੇਂ ਮਦਈ ਬਣ ਗਿਆ। ਦੂਸਰੀ ਗੱਲ, ਜੇ ਉਹ ਕਹਿੰਦੇ ਵੀ ਉਹ ਉੱਥੇ ਹੈ ਵੀ ਸੀ ਤਾਂ ਨੇਹਾ ਸ਼ੋਰੀ ਦੀ ਪੋਸਟਮਾਰਟਮ ਰਿਪੋਰਟ ਤੇ 8 ਨਿਸ਼ਾਨ ਉਸਦੇ ਸਰੀਰ ਤੇ ਪਾਏ ਗਏ ਆ, 6 ਉਸਦੇ ਲੱਗੀਆਂ ਨੇ। ਜੇ ਉਹ ਬਲਵਿੰਦਰ ਸਿੰਘ ਜਦੋਂ ਦਫ਼ਤਰ ਦੇ ਵਿੱਚ ਆਇਆ ਤਾਂ ਕੰਪਿਊਟਰ ਆਪਰੇਟਰ ਨੇ ਬਲਵਿੰਦਰ ਸਿੰਘ ਨੂੰ ਕਿਉਂ ਨਹੀਂ ਪੁੱਛਿਆ ਵੀ ਤੂੰ ਕੀ ਕਰਨ ਆਇਆ? ਜੇ ਬਲਵਿੰਦਰ ਸਿੰਘ ਨੇ ਇੱਕ ਇੱਕ ਕਰਕੇ 6 ਨੇਹਾ ਸ਼ੋਰੀ ਦੇ ਮਾਰੀਆਂ ਤਾਂ ਕੰਪਿਊਟਰ ਆਪਰੇਟਰ ਨੇ ਕਿਉਂ ਨਹੀਂ ਰੋਕਿਆ, ਕਿਉਂ ਨਹੀਂ ਵਿੱਚ ਹੋਇਆ? ਕਈ ਸਵਾਲ ਨੇ ਇਸ ਕੇਸ ਨੂੰ ਲੈ ਕੇ। ਇਸ ਕੇਸ ਦਾ ਮਦਈ ਜਿਵੇਂ ਮੈਂ ਪਹਿਲਾਂ ਦੱਸਿਆ, ਨਾ ਨੇਹਾ ਸ਼ੋਰੀ ਦੇ ਮਾਂ ਨੂੰ ਬਣਾਇਆ ਜਾਂਦਾ, ਨਾ ਉਸਦੇ ਪਿਓ ਨੂੰ ਬਣਾਇਆ ਜਾਂਦਾ, ਨਾ ਨੇਹਾ ਸ਼ੋਰੀ ਦੇ ਘਰ ਵਾਲੇ ਨੂੰ ਬਣਾਇਆ ਜਾਂਦਾ ਹੈਗਾ। ਮਦਈ ਬਣਦਾ ਉਹ ਪ੍ਰਾਈਵੇਟ ਠੇਕੇਦਾਰੀ ਸਿਸਟਮ ਤੇ ਰੱਖਿਆ ਹੋਇਆ ਕੰਪਿਊਟਰ ਆਪਰੇਟਰ ਵਾਲਾ ਨੌਜਵਾਨ, ਤੇ ਉਸ ਵੱਲੋਂ ਹੀ ਕੁਝ ਟਾਈਮ ਬਾਅਦ ਕੇਸ ਬੰਦ ਕਰਵਾ ਦਿੱਤਾ ਜਾਂਦਾ। ਗੁਰਮੀਤ ਸਿੰਘ ਡਰੱਗ ਡਿਪਾਰਟਮੈਂਟ ਦਾ ਇੱਕ ਟੈਂਪਰੇਰੀ ਇੰਪਲੋਈ ਸੀ, ਇੰਪਲੋਈ ਹੈ ਜਿਹੜਾ ਕੰਟਰੈਕਟ ਤੇ ਹੈ। ਉਹ ਬੇਟੀ ਨਾਲ ਕੰਪਿਊਟਰ ਆਪਰੇਸ਼ਨ ਲਈ ਅਟੈਚ ਸੀਗਾ ਔਰ ਉਹਨੇ ਉਹ ਤੋਂ FIR ਕਰਵਾਈ ਗਈ ਔਰ ਉਹ ਗਲਤ FIR ਕਰਵਾਈ ਪੂਰੀ, ਕਿਉਂਕਿ ਨਾ ਹੀ ਉਹ ਮੌਕੇ 'ਤੇ ਸੀਗਾ ਔਰ
ਨਾ ਹੀ ਉਹਨੂੰ ਕੋਈ ਕੰਸਰਨ ਸੀ। ਫਿਰ FIR ਕਰਾ ਕੇ ਜਦੋਂ ਕਲੋਜ਼ ਕਰਤੀ ਰਿਪੋਰਟ, ਇਹ ਆਪਦੀ ਸਹਿਮਤੀ ਨਾਲ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਆ ਵੀ ਜੇ ਉਦੋਂ ਹੀ ਜੇ ਕੇਸ ਬੰਦ ਕਰਵਾਉਂਦੇ ਜਾਂ ਮਦਈ ਕਿਸੇ ਹੋਰ ਨੂੰ ਬਣਾ ਦਿੰਦੇ, ਲੋਕ ਸੜਕਾਂ ਤੇ ਨਾ ਨਿਕਲ ਆਉਂਦੇ, ਜਾਂ ਜੇ ਇਹ ਮੁੱਦਾ ਹੋਰ ਮੁੱਦਿਆਂ ਦੀ ਤਰ੍ਹਾਂ ਤੂਲ ਫੜ ਲੈਂਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਦੀ ਗੌਰਮੈਂਟ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀ ਵੀ ਇਹਨਾਂ ਦੋ ਦੇ ਪਿੱਛੇ ਕਿਹੜੀ ਧਿਰ ਦਾ ਹੱਥ ਹੈ। ਇਹ ਦੋ ਕਤਲ ਮੈਂ ਕਿਉਂ ਕਿਹਾ, ਮੈਂ ਅੱਗੇ ਜਾ ਕੇ ਤੁਹਾਨੂੰ ਦੱਸ ਦਾਂਗਾ। ਮੈਂ ਇੱਕ ਹੈਡਲਾਈਨ ਲਿਖੀ ਹੈਗੀ ਥੰਬਨੇਲ ਦੇ ਉੱਤੇ ਵੀ ਕਿ ਬਲਵਿੰਦਰ ਸਿੰਘ ਨੂੰ ਵੀ ਨੇਹਾ ਸ਼ੋਰੀ ਦੇ ਕਤਲ ਦੇ ਬਾਅਦ ਠਿਕਾਣੇ ਲਗਾ ਦਿੱਤਾ ਗਿਆ। ਇਹ ਮੈਂ ਨਹੀਂ ਕਹਿ ਰਿਹਾ, ਬਹੁਤ ਸਾਰੇ ਲੋਕ ਕਹਿੰਦੇ ਆ, ਨੇਹਾ ਸ਼ੋਰੀ ਦਾ ਪਰਿਵਾਰ ਵੀ ਕਹਿੰਦਾ ਤੇ ਹੋਰ ਲੋਕ ਵੀ ਕਹਿੰਦੇ ਆ। ਬਲਵਿੰਦਰ ਸਿੰਘ ਨੇਹਾ ਸ਼ੋਰੀ ਦੇ ਦਫ਼ਤਰ ਦੇ ਵਿੱਚੋਂ ਜਦੋਂ ਮਾਰ ਕੇ ਆਉਂਦਾ ਗਾ, ਦੋ ਗੋਲੀਆਂ ਆਪਦੇ ਆਪ ਨੂੰ ਮਾਰ ਲੈਂਦੇ ਆ। ਇਹ ਗੱਲ ਮੀਡੀਆ ਦੇ ਵਿੱਚ ਵੀ ਆਈ ਤੇ ਪੁਲਿਸ ਦੀਆਂ ਰਿਪੋਰਟਾਂ ਦਾ ਵੀ ਇਹ ਗੱਲ ਕਹਿਣਾ ਗਾ। ਮੈਂ ਤੁਹਾਨੂੰ ਇੱਕ ਵੀਡੀਓ ਅਟੈਚ ਕਰੀ ਹੈ, ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ। ਜਿਹੜੀ ਬਲਵਿੰਦਰ ਦੀ ਪੋਸਟਮਾਰਟਮ ਮੈਡੀਕਲ ਰਿਪੋਰਟ ਆਈ ਸੀ, ਉਸ ਦੇ ਵਿੱਚ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਖੁਲਾਸਾ ਕੀਤਾ ਗਾ ਵੀ ਬਲਵਿੰਦਰ ਸਿੰਘ ਨੇ ਆਪਣੇ ਆਪ ਨੇਹਾ ਸ਼ੋਰੀ ਦੇ ਤੋਂ ਬਾਅਦ ਜਦੋਂ ਬਲਵਿੰਦਰ ਸਿੰਘ ਬਾਹਰ ਭੱਜਿਆ ਜਾਂ ਬਲਵਿੰਦਰ ਸਿੰਘ ਨਿਕਲ ਕੇ ਆਇਆ ਤਾਂ ਕਿਸੇ ਤੀਜੀ ਧਿਰ ਵੱਲੋਂ ਬਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਵੀ ਉਹਨੂੰ ਠਿਕਾਣੇ ਲਾ ਦਿੱਤਾ ਗਿਆ, ਕੇਸ ਖੁਰਦ ਬੁਰਦ ਕਰ ਦਿੱਤਾ ਗਿਆ ਇੱਕ ਤਰ੍ਹਾਂ ਦਾ। ਬਲਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਵੀ ਇੱਕ ਗੋਲੀ ਆਪਦੀ ਛਾਤੀ 'ਚ ਮਾਰੀ ਆ, ਦੂਸਰੀ ਆਪਦੇ ਸਿਰ 'ਚ ਮਾਰੀ ਆ। ਹੁਣ ਸਵਾਲ ਇੱਥੇ ਡਾਕਟਰ ਨੇ ਇਹ ਉਠਾਏ ਆ ਵੀ ਜੇ ਬੰਦਾ ਆਪਦੇ ਸਿਰ 'ਚ ਮਾਰੂ ਤਾਂ ਛਾਤੀ 'ਚ ਮਾਰਨ ਜੋਗਾ ਨਹੀਂ ਰਹਿਣਾ, ਜੇ ਛਾਤੀ 'ਚ ਮਾਰੂ ਤਾਂ ਸਿਰ 'ਚ ਮਾਰਨ ਜੋਗਾ ਨਹੀਂ ਰਹਿਣਾ ਗਾ। ਦੂਸਰੀ ਗੱਲ, ਪਹਿਲੇ ਭਾਗ ਦੇ ਵਿੱਚ ਵੀ ਮੈਂ ਕਿਹਾ ਵੀ ਨੇਹਾ ਸ਼ੋਰੀ ਦੇ ਮਾਂ ਪਿਓ ਨੇ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ ਸੀ। ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦਾ ਇੱਕ ਬਿਆਨ ਸੁਣਿਆ ਹੋਊ, ਉਹਨਾਂ ਨੇ ਕਿਹਾ ਵੀ ਫੋਰੈਂਸਿਕ ਜਾਂਚ ਦੀ ਰਿਪੋਰਟ ਕਹਿੰਦੀ ਆ ਪਹਿਲੀ ਗੋਲੀ ਮੇਰੇ ਪੁੱਤ ਦੇ ਪਿਸਤੌਲ 'ਚੋਂ ਚੱਲੀ ਆ। ਸੋ ਉਵੇਂ ਜੇ ਫੋਰੈਂਸਿਕ ਜਾਂਚ ਹੁੰਦੀ ਇਸ ਕੇਸ 'ਤੇ ਤਾਂ ਪਤਾ ਲੱਗ ਜਾਣਾ ਸੀ ਬਲਵਿੰਦਰ ਸਿੰਘ ਨੇ ਪਹਿਲੀ ਆਪਦੇ ਸਿਰ 'ਚ ਮਾਰੀ ਆ ਜਾਂ ਛਾਤੀ 'ਚ ਮਾਰੀ ਆ। ਡਾਕਟਰ ਸਾਹਿਬ ਦੀ ਮੈਂ ਵੀਡੀਓ ਨਾਲ ਅਟੈਚ ਕੀਤੀ ਆ, ਵੀਡੀਓ ਜ਼ਰੂਰ ਦੇਖਿਓ। ਜਦੋਂ ਮੈਂ ਪੋਸਟਮਾਰਟਮ ਦੀ ਰਿਪੋਰਟ ਨੂੰ ਆਪ ਪੜ੍ਹਿਆ ਪਹਿਲਾਂ ਬੀਇੰਗ ਏ ਮੈਡੀਕਲ ਮੈਨ, ਫਿਰ ਮੈਂ ਆਪਣੇ ਕਿਸੇ ਫਰੈਂਡਸ ਦੇ ਕੋਲੋਂ ਜਿਹੜੇ ਐਕਸਪਰਟ ਫੋਰੈਂਸਿਕ ਦੇ ਐਕਸਪਰਟਸ ਨੇ ਵੀ ਉਹਨਾਂ ਦੀ ਓਪੀਨੀਅਨ ਵੀ ਲਈ ਵੀ ਤੁਸੀਂ ਯਾਰ ਮੈਨੂੰ ਤਾਂ ਮੈਂ ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਇਹਦੇ 'ਚ ਜਿਹੜਾ ਹੈਗਾ ਇਹ ਸੂਸਾਈਡ ਨਹੀਂ ਹੋਇਆ, ਇਹ ਮਰਡਰ ਹੋਇਆ ਬਲਵਿੰਦਰ ਸਿੰਘ ਦਾ। ਇਹ ਕੁੜੀ ਦਾ ਤਾਂ ਮਰਡਰ ਨਹੀਂ ਹੋਇਆ ਨੇਹਾ ਸ਼ੋਰੀ ਦਾ, ਲੇਕਿਨ ਜਿਸ ਨੇ ਉਸਨੂੰ ਮਾਰਿਆ ਸੀਗਾ ਜਿਹੜਾ ਮਰਡਰਰ ਸੀਗਾ ਉਹ ਉਸ ਦਾ ਮਰਡਰ ਹੋਇਆ, ਉਸਨੇ ਸੂਸਾਈਡ ਕੀਤਾ। ਤਾਂ ਮੇਰੇ ਕੋਲ ਜੋ ਇਨਫੋਰਮੇਸ਼ਨ ਫਰੈਂਡਸ ਦੇ ਥਰੂ ਆਈ ਆ ਉਹ ਵੀ ਇਹੀ ਹੈਗੀ ਹੈ ਕਿ ਵਾਕਿਆ ਯਾਰ ਇਹ ਮਰਡਰ ਹੋਇਆ ਲੱਗਦਾ, ਇਹ ਸੂਸਾਈਡ ਨਹੀਂ ਹੋਇਆ ਲੱਗਦਾ। ਮੈਂ ਤੁਸੀਂ ਪੋਸਟਮਾਰਟਮ ਦੀ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਜਿਹੜੀ ਹੁੰਦੀ ਹੈ ਜਿੱਥੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਨੇਹਾ ਸ਼ੋਰੀ ਦਾ, ਕਿ ਤੁਸੀਂ ਦੇਖੋ ਕਿ ਉਹ ਉਹਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਬਲਵਿੰਦਰ ਸਿੰਘ ਜੀ ਨੇ ਦੋ ਗੋਲੀਆਂ ਲੱਗੀਆਂ ਦਿਖਾਈਆਂ ਬਲਵਿੰਦਰ ਸਿੰਘ ਦੇ, ਇੱਕ ਮੱਥੇ 'ਤੇ ਲੱਗੀ ਹੋਈ ਮਤਲਬ ਦਿਮਾਗ ਦੇ ਵਿੱਚੋਂ, ਇੱਕ ਇੱਕ ਦਿਖਾਈ ਛਾਤੀ ਦੇ ਵਿੱਚ ਜਿਹੜੀ ਮੇਨ ਨਾਲ ਜਿਹੜਾ ਐਜ ਏ ਮੈਡੀਕਲ ਗੱਲਾਂ ਇੰਡੀਕੇਟ ਕਰਦੀਆਂ ਸੀ। ਫਿਰ ਦੂਸਰੀ ਗੱਲ ਉਹਦੇ 'ਚ ਇੰਡੀਕੇਟ ਕਰਦੀ ਸੀ ਕਿ ਜਿਹੜੀ ਗੋਲੀ ਦਾ ਦਿਖਾਇਆ ਗਿਆ ਨੇਹਾ ਸ਼ੋਰੀ ਦਾ ਜਿਹਦੇ 'ਚ 6-7 ਗੋਲੀਆਂ ਦਿਖਾਈਆਂ ਹੋਈਆਂ ਨੇ, ਉਹ ਵੂੰਡ ਹੈਗਾ ਰਾਊਂਡ, ਔਰ ਜਿਹੜਾ ਇਹਦਾ ਰਾਊਂਡ ਇਹਦਾ ਜਿਹੜਾ ਵੂੰਡ ਦਾ ਦਿਖਾਇਆ ਹੋਇਆ ਸ਼ੇਪ ਉਹ ਦਿਖਾਈ ਹੋਈ ਹੈ ਓਵਲ 'ਚ, ਲਿਖਣੀ ਪੈਣੀ ਸੀ ਨਾ, ਲਿਖੀ ਹੋਈ ਹੈ ਕੁੜੀ ਦੀ ਵੀ ਲਿਖੀ ਹੋਈ ਹੈ ਜਿਹਨੇ ਪੋਸਟਮਾਰਟਮ ਕੀਤਾ, ਮੁੰਡੇ ਦਾ ਵੀ ਜੇ ਲਿਖਿਆ ਹੋਇਆ ਜਿਹਨੇ ਪੋਸਟਮਾਰਟਮ ਕੀਤਾ। ਫਿਰ ਉਹਦੇ 'ਚ ਇੱਕ ਹੋਰ ਜਿਹੜੀ ਵਿੱਚ ਜਿੱਥੋਂ ਡਾਊਟ ਹੋਰ ਵੱਡਾ ਵੀ ਹੋਰ ਵੀ ਡਾਊਟ ਪੈਣ ਲੱਗ ਜਾਂਦਾ, ਉਹ ਜਿਹੜੀ ਕੱਟੀਆਂ ਬਲਵਿੰਦਰ ਸਿੰਘ ਦੇ ਉਹਦੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਪੈਕ ਨਹੀਂ ਕਰਦਾ ਕੀਤਾ ਦਿਖਾਇਆ ਹੋਇਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਉਹਨਾਂ ਨੂੰ ਫੋਰੈਂਸਿਕ ਲੈਬ ਵਾਸਤੇ ਭੇਜਿਆ ਹੋਵੇ, ਇਹਦਾ ਮਤਲਬ ਫਿਰ ਹੋਰ ਡਾਊਟ ਆ। ਹਾਂ, ਕੱਢੀਆਂ ਦਿਖਾਈਆਂ ਦੱਸੀਆਂ ਗਈਆਂ ਲੇਕਿਨ ਉਹਨਾਂ ਨੂੰ ਪੈਕ ਕਰਕੇ ਫੋਰੈਂਸਿਕ ਵਾਸਤੇ ਦੇਣਾ ਸੀਗਾ, ਉਹ ਨਹੀਂ ਦਿਖਾਇਆ ਗਿਆ। ਉਹ ਇਹ 'ਚ ਇੰਡੀਕੇਟ ਕਰ ਰਿਹਾ ਕਿ ਨਹੀਂ ਹੈ ਇਹ ਉਹਦਾ ਮਰਡਰ ਹੋਇਆ, ਇਹ ਗੱਲਾਂ ਸਾਰੀਆਂ ਇੰਡੀਕੇਟ ਕਰ ਰਹੀਆਂ ਨੇ ਕਿ ਮਰਡਰ ਹੋਇਆ, ਇਹ ਸਾਰਾ ਇਨਕੁਆਇਰੀ ਦਾ ਪਾਰਟ ਬਣ ਜਾਂਦਾ। ਜਿੱਥੇ ਅਸੀਂ ਐਜ ਏ ਹੈਲਥ ਆਫਿਸਰ ਜਾਂ ਹੈਲਥ ਡਿਪਾਰਟਮੈਂਟ ਦਾ ਪਾਰਟ ਹੋਣ ਦੇ ਨਾਤੇ ਸਰਕਾਰ ਦੀ ਮੈਂ ਨਿਕੰਮੀ ਗੱਲ ਕਹਿੰਦਾ ਕਿ ਸਰਕਾਰ ਚੁੱਪ ਕਰਕੇ ਬੈਠੀ ਹੈ,
ਔਰ ਇਹ ਗੱਲ ਕਹਿ ਕੇ ਕਿ ਕਲੋਜ਼ਰ ਰਿਪੋਰਟ ਦੀ ਜਿਹੜੀ ਹੈਗੀ ਹੈ ਬਣਾਈ ਬੈਠੀ ਹੈ ਕਿ ਸੁਸਾਈਡ ਕਰ ਨੇਹਾ ਸ਼ੋਰੀ ਦੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਨੇਹਾ ਸ਼ੋਰੀ ਦੇ ਸਰੀਰ ਦੇ ਵਿੱਚ ਦੇ ਖੋਲ ਕਿੱਥੇ ਗਏ, ਜੋ ਬਲਵਿੰਦਰ ਸਿੰਘ ਨੇ ਆਪਦੇ ਆਪ ਨੂੰ ਜੋ ਮਾਰੀਆਂ ਸੀ, ਜੋ ਪੁਲਿਸ ਨੇ ਰਿਪੋਰਟ ਤਿਆਰ ਕੀਤੀ ਸੀ, ਉਹ ਦੋ ਗੋਲੀਆਂ ਦੇ ਖੋਲ ਕਿੱਥੇ ਗਏ। ਹੁਣ ਸਭ ਤੋਂ ਵੱਡੀ ਘਟਨਾ ਇਸ ਕੇਸ ਦੇ ਵਿੱਚ ਜੋ ਨਿਕਲ ਕੇ ਆਈ ਹੈਗੀ, 10 ਮਾਰਚ 2019 ਨੂੰ ਚੋਣ ਜਾਬਤਾ ਲੱਗਦਾ ਗਾ। ਇਹ ਘਟਨਾ ਏਦਾਂ ਦੀ ਆ ਵੀ ਕਿਹੜੀ ਬਲਵਿੰਦਰ ਸਿੰਘ ਦੇ ਪਿੱਛੇ ਇੰਨੀ ਤਾਕਤਵਰ ਸ਼ਹਿ ਕੰਮ ਕਰਦੀ ਸੀ ਵੀ ਬਲਵਿੰਦਰ ਸਿੰਘ ਨੂੰ 10 ਮਾਰਚ 2019 ਨੂੰ ਚੋਣ ਜਾਬਤਾ ਲੱਗਦਾ, 11 ਮਾਰਚ 2019 ਨੂੰ ਬਲਵਿੰਦਰ ਸਿੰਘ ਦਾ ਅਸਲਾ ਲਾਇਸੈਂਸ ਜਾਰੀ ਹੁੰਦਾ ਗਾ। 10 ਮਾਰਚ 2019 ਨੂੰ ਸੰਡੇ ਦਾ ਦਿਨ ਸੀ, ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੇ ਮਾਡਲ ਕੋਡ ਆਫ ਕੰਡਕਟ ਡਿਕਲੇਅਰ ਕਰਦੇ ਹੋਏ ਲੋਕ ਸਭਾ ਦੇ ਇਲੈਕਸ਼ਨਸ ਅਨਾਊਂਸ ਕਰ ਦਿੱਤੇ। ਰੋਪੜ ਐਡਮਿਨਿਸਟ੍ਰੇਸ਼ਨ ਨੇ ਲਾਇਸੈਂਸ ਇਸ਼ੂ ਦੀ ਪ੍ਰੋਸੈਸ ਸ਼ੁਰੂ ਕੀਤੀ ਪਲਾਂਟਡ ਬਲਵਿੰਦਰ ਸਿੰਘ ਜਿਹੜਾ ਸੀ ਉਹ ਮਰਡਰ ਕਰਨ ਲਈ ਬੇਟੀ ਦਾ ਰਿਵੋਲਵਰ ਲਾਇਸੈਂਸ ਦੀ ਪ੍ਰੋਸੈਸ ਸ਼ੁਰੂ ਕੀਤੀ ਅਤੇ 11 ਤਰੀਕ ਦੇ ਦਿਨ ਮੰਗ ਸੋਮਵਾਰ ਨੂੰ 9-10 ਕੇ ਕਰੀਬ ਅਧਿਕਾਰੀਆਂ ਨੇ ਸਾਈਨ ਕੀਤੇ ਹੈ, ਸਾਰਿਆਂ ਨੇ ਹੈਂਡ ਰਿਟਨ ਐਂਡੋਰਸਮੈਂਟ ਦੇ ਵਿੱਚ ਸਾਈਨ ਕੀਤੇ ਨੇ ਔਰ ਜਿਨ੍ਹਾਂ 'ਚੋਂ 8 ਨੇ ਤਰੀਕ 8 ਮਾਰਚ ਪਾਈ ਹੈ ਕਿ 8/3 ਬੈਕ ਡੇਟ ਪਾਈਆਂ ਕੀਤੀਆਂ 11 ਮਾਰਚ ਨੂੰ ਹੈ ਅਤੇ ਉਹ ਵੀ 3 ਅਲੱਗ ਅਲੱਗ ਲੋਕੇਸ਼ਨਾਂ 'ਤੇ ਜਿਸ 'ਚੋਂ ਹੈ ਚਮਕੌਰ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ ਔਰ ਰੋਪੜ, ਅਤੇ 3 ਥਾਂ ਤੋਂ ਅਧਿਕਾਰੀਆਂ ਨੇ, ਚਮਕੌਰ ਸਾਹਿਬ ਤਹਿਸੀਲ ਹੈ, 3 ਥਾਂ ਦੇ ਅਧਿਕਾਰੀਆਂ ਨੇ ਇੱਕੋ ਹੀ ਤਰੀਕ 'ਚ ਸਾਈਨ ਕੀਤੀਆਂ ਨੇ ਅਤੇ 10 ਤਰੀਕ ਨੂੰ ਸਾਈਨ ਕਰਵਾ ਕੇ ਫਿਰ ਉਹਦਾ ਲਾਇਸੈਂਸ ਦਾ 11 ਮਾਰਚ ਕਰਵਾ ਕੇ ਸੋਮਵਾਰ ਨੂੰ ਸ਼ਾਮ ਨੂੰ ਕੰਪਿਊਟਰ ਐਂਟਰੀ ਕਰ ਦਿੱਤੀ ਅਤੇ ਬਾਕੀ ਕੰਮ 12 ਤਰੀਕ ਨੂੰ ਕੀਤਾ ਦਫ਼ਤਰ ਨੇ। ਉਹਨਾਂ ਨੂੰ ਬਾਕੀ ਕਾਰਵਾਈ ਕਰਦੇ ਹੋਏ ਜਿਹੜਾ ਇੱਕ ਅੱਧਾ ਸਿਗਨੇਚਰ DM ਸਾਹਿਬ ਦਾ ਕੋਈ ਰਹਿੰਦਾ ਸੀ ਅਤੇ ਕੰਪਿਊਟਰ ਦੀ ਕਾਰਵਾਈ ਕਰਦੇ ਹੋਏ 12 ਤਰੀਕ ਸ਼ਾਮ ਨੂੰ ਉਹਨੂੰ ਲਾਇਸੈਂਸ ਰਿਵੋਲਵਰ ਦਾ ਦਿੱਤਾ ਗਿਆ। ਇਹਦਾ ਪਰੂਫ ਇਹ ਹੈ ਕਿ ਜਿਹੜੀ 11 ਮਾਰਚ ਦੀ ਤਰੀਕ ਸੀ DM ਆਫਿਸ 'ਚ, ਉਹ ਐਕਚੁਅਲੀ 12 ਮਾਰਚ ਦਿਖਾ ਰਹੀ ਹੈ ਸੈਂਟਰਲ ਡਾਟਾਬੇਸ 'ਚ। ਅਤੇ ਆਮ ਲੋਕਾਂ ਦੇ ਬਿਨਾਂ ਚੋਣ ਜਾਬਤੇ ਤੋਂ ਨਹੀਂ ਬਣਦੇ, ਤਾਂ ਉਸ ਬੰਦੇ ਨੂੰ ਲਾਇਸੈਂਸ ਚੋਣ ਜਾਬਤੇ ਦੇ ਵਿੱਚ ਦਿੱਤਾ ਜਾਂਦਾ ਗਾ, ਜਿਸ ਲਾਇਸੈਂਸ ਉੱਤੇ ਉਹ ਅਸਲਾ ਚੜ੍ਹਦਾ ਗਾ ਅਤੇ ਉਸੇ ਅਸਲੇ ਨਾਲ ਨੇਹਾ ਸ਼ੋਰੀ ਦਾ ਕਤਲ ਹੁੰਦਾ ਗਾ। ਨੇਹਾ ਸ਼ੋਰੀ ਦੇ ਪਰਿਵਾਰ ਦਾ ਇਹ ਵੀ ਕਹਿਣਾ ਗਾ ਵੀ ਪ੍ਰਸ਼ਾਸਨ ਨੂੰ ਪਹਿਲਾਂ ਕਾਫੀ ਟਾਈਮ ਇਹ ਤਾਂ ਪਤਾ ਲੱਗਿਆ ਨਹੀਂ ਵੀ ਨੇਹਾ ਸ਼ੋਰੀ ਦੀਆਂ ਗੋਲੀਆਂ ਕਿਹਦੇ ਵੱਲੋਂ ਮਾਰੀਆਂ ਗਈਆਂ, ਅਤੇ ਪ੍ਰਸ਼ਾਸਨ ਨੂੰ ਵਿਦਇਨ ਫਿਊ ਮਿੰਟ ਇਹ ਕਿਵੇਂ ਪਤਾ ਲੱਗ ਗਿਆ ਵੀ ਬਲਵਿੰਦਰ ਸਿੰਘ ਨੇ ਆਪਦੇ ਆਪ ਨੂੰ 2 ਗੋਲੀਆਂ ਮਾਰ ਲਈਆਂ। ਕਮਾਲ ਦੀ ਗੱਲ ਆ, ਕੇਸ ਦੇ ਵਿੱਚ ਸਿੱਟਾਂ ਵੀ ਬਣੀਆਂ, ਪਰ ਉਹ ਨੇਹਾ ਸ਼ੋਰੀ ਦੇ ਪਰਿਵਾਰ ਦਾ ਕਹਿਣਾ ਗਾ ਵੀ ਉਹ ਸਿੱਟਾਂ ਸਾਨੂੰ ਇਨਸਾਫ ਦਿਵਾਉਣ ਲਈ ਨਹੀਂ ਬਣੀਆਂ, ਉਹ ਸਾਡਾ ਡਾਟਾ ਮਿਟਾਉਣ ਲਈ ਬਣੀਆਂ, ਜੋ ਜੋ ਸਾਡੇ ਕੋਲ ਸਬੂਤ ਸੀ ਜਾਂ ਜੋ ਜੋ ਨੇਹਾ ਸ਼ੋਰੀ ਦੇ ਸਟਾਫ ਦੇ ਵਿੱਚੋਂ ਹੀ ਕੁਛ ਮੈਂਬਰ ਹੋਣ, ਜੋ ਜੋ ਉਹਨਾਂ ਨੂੰ ਸਬੂਤ ਦਿੰਦੇ ਹੋਣਗੇ ਪਿੱਛੇ ਰਹਿ ਕੇ ਵੀ ਅਸੀਂ ਮੂਹਰੇ ਨਹੀਂ ਆਉਣਾ ਵੀ ਕੱਲ੍ਹ ਨੂੰ ਸਾਡਾ ਅੰਜਾਮ ਵੀ ਇੱਦਾਂ ਨਾ ਹੋਵੇ, ਉਹ ਸਾਰੇ ਸਬੂਤ ਨੇਹਾ ਸ਼ੋਰੀ ਦੇ ਪਰਿਵਾਰ ਦਾ ਕਹਿਣਾ ਵੀ ਉਹ ਮਿਟਾ ਦਿੱਤੇ ਗਏ, ਉਹ ਸਿੱਟਾਂ ਸਾਡੇ ਇਨਸਾਫ ਲਈ ਨਹੀਂ ਬਣੀਆਂ, ਉਹਨਾਂ ਦਾ ਕਹਿਣਾ ਹੈਗਾ ਉਹ ਸਿੱਟਾਂ ਨੇ ਸਾਡੇ ਨਾਲ ਧੋਖਾ ਕੀਤਾ, ਉਹਨਾਂ ਸਿੱਟਾਂ ਨੇ ਇਹ ਸਾਬਿਤ ਕੀਤਾ ਗਾ ਵੀ ਜੇ ਇਹ ਕੇਸ ਨੂੰ ਪਹਿਲਾਂ ਛੇਤੀ ਤੋਂ ਛੇਤੀ ਖੁਰਦ ਮੁਰਦ ਕਰਦੇ ਹਾਂ ਤਾਂ ਕੱਲ੍ਹ ਨੂੰ ਲੋਕ ਸੜਕਾਂ ਦੇ ਉੱਤਰ ਕੇ ਇਹ ਜਵਾਬ ਨਾ ਮੰਗਣ ਵੀ ਨੇਹਾ ਸ਼ੋਰੀ ਦੇ ਕਤਲ ਦਾ ਕਾਰਨ ਕੀ ਸੀ, ਇਸ ਦੇ ਪਿੱਛੇ ਕਿਹੜੀ ਵੱਡੀ ਧਿਰ ਸੀ,
ਵੀ ਉਸ ਵੱਡੀ ਧਿਰ ਨੇ ਪਹਿਲਾਂ ਬਲਵਿੰਦਰ ਸਿੰਘ ਨੂੰ ਵਰਤਿਆ, ਨੇਹਾ ਛੋਰੀ ਦਾ ਕਤਲ ਕਰਵਾਇਆ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਵੀ ਠਿਕਾਣੇ ਲਾ ਦਿੱਤਾ ਗਿਆ। ਇਹ ਗੱਲਾਂ ਸੀ ਜੋ ਬਲਵਿੰਦਰ ਸਿੰਘ ਦੇ ਨਾਲ ਜੁੜਦੀਆਂ ਨੇ ਤੇ ਹੋਰ ਵੀ ਗੱਲਾਂ ਕਈ ਨੇਹਾ ਛੋਰੀ ਦੀ ਮਾਤਾ ਜੀ ਨੇ ਦੱਸੀਆਂ ਵੀ 11 ਸਾਲ ਬਾਅਦ ਹੀ ਬਲਵਿੰਦਰ ਨੇ ਨੇਹਾ ਛੋਰੀ ਤੇ ਹਮਲਾ ਕਿਉਂ ਕੀਤਾ, ਕਿਉਂ ਨੇ ਗੱਲ ਸਮਝੀ ਵੀ 11 ਸਾਲ ਬਾਅਦ ਹੀ ਬਲਵਿੰਦਰ ਸਿੰਘ ਦੇ ਮਨ 'ਚ ਇਹ ਗੱਲ ਆਈ ਵੀ ਮੈਨੂੰ ਨੇਹਾ ਛੋਰੀ ਨੂੰ ਮਾਰਨਾ ਚਾਹੀਦਾ। ਜੇ ਉਸ ਦਾ ਮੈਡੀਕਲ ਨੇਹਾ ਛੋਰੀ ਨੇ ਸੀਲ ਕੀਤਾ ਸੀ ਉੱਥੇ, ਉਹ ਇਕੱਲੀ ਨਹੀਂ ਸੀ, ਉਸਦੀ ਸਾਰੀ ਟੀਮ ਸੀ, ਕਿਉਂ ਨਹੀਂ ਹੋਰ ਟੀਮ ਨੂੰ ਕੋਈ ਨੁਕਸਾਨ ਕਿਸੇ ਨੇ ਪਹੁੰਚਾਇਆ, ਇਕੱਲੀ ਨੇਹਾ ਛੋਰੀ ਹੋਈ, ਕਿਉਂ ਇਸ ਦਾ ਨਿਸ਼ਾਨਾ ਬਣਾਈ ਗਈ। ਸੋ ਆਮ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਫਿਲਮਾਂ ਤੋਂ ਜ਼ਿੰਦਗੀ ਨਹੀਂ ਬਣਦੀ, ਆਮ ਜ਼ਿੰਦਗੀ 'ਤੇ ਫਿਲਮਾਂ ਬਣਦੀਆਂ ਨੇ। ਕਈ ਵਾਰ ਆਪਾਂ ਦੇਖਦੇ ਹਾਂ ਫਿਲਮਾਂ ਦੇ ਵਿੱਚ ਵੀ ਇੱਦਾਂ ਦੇ ਸੀਨ ਆਉਂਦੇ ਆ ਵੀ ਇੱਕ ਬੰਦਾ ਨਹੀਂ ਖਰੀਦਿਆ ਜਾਂਦਾ ਹੁੰਦਾ, ਤਾਂ ਫਿਰ ਜਿਹੜੀਆਂ ਵੱਡੀਆਂ ਧਿਰਾਂ ਹੁੰਦੀਆਂ ਨੇ ਉਹ ਇੱਕ ਬੰਦੇ ਨੂੰ ਛੱਡ ਕੇ ਜਿਹੜੇ ਉਹਦੇ ਨਾਲ ਦੇ ਹੁੰਦੇ ਆ ਉਹਨਾਂ ਨੂੰ ਖਰੀਦ ਲੈਂਦੀਆਂ ਨੇ। ਸੋ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ, ਤੁਸੀਂ ਪੂਰੀ ਦੀ ਪੂਰੀ ਰਿਪੋਰਟ ਪੜ੍ਹੀ ਆ, ਮੈਂ ਨਾਲ ਵੀਡੀਓ ਅਟੈਚ ਕੀਤੀਆਂ ਨੇਹਾ ਛੋਰੀ ਦੀ ਮਾਤਾ ਦੀਆਂ, ਉਸਦੇ ਪਿਤਾ ਦੀਆਂ, ਖਾਸ ਜਿਹੜੀ ਮਤਲਬ ਵੀਡੀਓ ਦੇ ਵਿੱਚ ਮੈਂ ਐਡ ਕੀਤੀ ਆ ਡਾਕਟਰ ਦਲੇਰ ਸਿੰਘ ਮੁਲਤਾਨੀ ਦੀ, ਜਿਨ੍ਹਾਂ ਨੇ ਬੜੇ ਵਿਵਾਦ ਤਰੀਕੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਆ ਵੀ ਬਲਵਿੰਦਰ ਸਿੰਘ ਦੇ ਸੁਸਾਈਡ 'ਤੇ ਸਾਨੂੰ ਸ਼ੱਕ ਆ, ਉਹ ਸੁਸਾਈਡ ਨਹੀਂ ਉਹ ਵੀ ਇੱਕ ਕਤਲ ਆ ਜੋ ਕਿ ਸਬੂਤ ਮਿਟਾਉਣ ਲਈ ਕੀਤਾ ਗਿਆ, ਵੀ ਨੇਹਾ ਛੋਰੀ ਨੇ ਐਡਾ ਵੱਡਾ ਖੁਲਾਸਾ ਕੀਤਾ ਸੀ। ਨਸ਼ਿਆਂ ਖਿਲਾਫ ਇੱਕ ਤਰ੍ਹਾਂ ਉਸ ਧੀ ਨੇ ਲੜਾਈ ਲੜੀ ਸੀ, ਬਹੁਤ ਦੁੱਖ ਦੀ ਗੱਲ ਆ। ਤੁਸੀਂ ਪਹਿਲਾਂ ਵਾਲੀ ਰਿਪੋਰਟ ਬਹੁਤ ਘੱਟ ਦੇਖੀ, ਬਹੁਤ ਘੱਟ ਸੁਣੀ। ਕੁੜੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਗਾ, ਅਜਿਹੀਆਂ ਕੁੜੀਆਂ ਦੀ ਜ਼ਿੰਦਗੀ 'ਤੇ ਝਾਤ ਮਾਰੋ ਜਿਨ੍ਹਾਂ ਨੇ ਆਪਦਾ ਜ਼ਮੀਰ ਨਹੀਂ ਵੇਚਿਆ, ਆਪਦਾ ਸਰੀਰ ਲੇਖੇ ਲਾਤਾ, ਆਪਦਾ ਸਰੀਰ ਮਰਵਾ ਲਿਆ ਪਰ ਉਹਨਾਂ ਨੇ ਆਪਦਾ ਜ਼ਮੀਰ ਨਹੀਂ ਮਰਵਾਇਆ। ਬਹੁਤ ਲੋਕਾਂ ਨੂੰ, ਜਿਵੇਂ ਮੈਂ ਪਹਿਲੇ ਭਾਗ ਦੇ ਵਿੱਚ ਵੀ ਗੱਲ ਕਹੀ ਸੀ ਵੀ ਨੇਹਾ ਛੋਰੀ ਬਾਰੇ ਨਹੀਂ ਸੀ ਪਤਾ। ਸੋ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਿਓ। ਤਦ ਤੱਕ ਲਈ ਧੰਨਵਾਦ। ਨਵੇਂ ਦਿਨ ਕੋਈ ਨਾ ਕੋਈ ਖਬਰ ਜਾਂ ਕੋਈ ਨਾ ਕੋਈ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਹਰ ਵਾਰ ਦੀ ਤਰ੍ਹਾਂ। ਤਦ ਤੱਕ ਲਈ ਇੱਕ ਵਾਰ ਤੋਂ ਫਿਰ ਧੰਨਵਾਦ।